ਡੇਰਾਬਸੀ ਦੇ ਵਿੱਚ ਇੱਕ ਨੌਜਵਾਨ ਨੇ ਇੱਕ ਗਿਨੌਨੀ ਹਰਕਤ ਨੂੰ ਅੰਜਾਮ ਦਿੱਤਾ, ਇੱਕ 8 ਸਾਲਾਂ ਬੱਚੀ ਦੇ ਨਾਲ ਗਲਤ ਕੰਮ ਕੀਤਾ। ਹਾਲਾਂਕਿ ਪੁਲਿਸ ਨੂੰ ਜਦ ਇਨਫੋਰਮੇਸ਼ਨ ਮਿਲਦੀ ਹੈ ਤਾਂ ਨਾਲ ਦੇ ਨਾਲ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜਾ ਐਕਿਊਜ਼ਡ ਹੈ ਉਸਨੂੰ ਕਾਬੂ ਕਰ ਲਿਆ। ਹਾਲਾਂਕਿ ਪੂਰੀ ਇਨਫੋਰਮੇਸ਼ਨ ਕੀ ਸੀ, ਇਨਵੈਸਟੀਗੇਸ਼ਨ 'ਚ ਕੀ ਹੈ, ਸਾਡੇ ਨਾਲ ਸੀਨੀਅਰ ਆਫਿਸਰ ਨੇ SHO ਡੇਰਾਬਸੀ ਨੇ ਅਜੀਤ ਕੌਸ਼ਲ ਜੀ। ਕੌਸ਼ਲ, ਇਹ ਪੂਰਾ ਮਾਮਲਾ ਆਇਆ ਸੀ ਸਾਹਮਣੇ, ਗਿਨੌਨੀ ਹਰਕਤ ਜਿਹੜਾ ਹੈਗਾ ਮੁੰਡੇ ਨੇ ਕੀਤੀ, ਪੂਰਾ ਮਾਮਲਾ ਕੀ ਸੀ ਕਿ ਤੁਹਾਡੇ ਸੰਗਿਆਨ 'ਚ ਕਦ ਆਇਆ? ਸਾਨੂੰ 29 ਅਪ੍ਰੈਲ ਨੂੰ ਇੱਕ ਕਾਲ ਰਿਸੀਵ ਹੋਈ ਸੀਗੀ 112 'ਤੇ ਕਿ ਉਹਨਾਂ ਦੀ ਜਿਹੜੀ ਲੜਕੀ ਹੈ ਉਹਦੇ ਨਾਲ ਰੇਪ ਕਮਿਟ ਹੋਇਆ, ਜਿਸ 'ਤੇ ਤੁਰੰਤ 112 ਦੀ ਕਾਲ ਹੁੰਦੇ ਹੋਏ ਅਸੀਂ ਇਮੀਡੀਏਟਲੀ ਪੁਲਿਸ ਪਾਰਟੀ ਨੇ ਐਕਟ ਕੀਤਾ। ਮੌਕੇ 'ਤੇ ਪਹੁੰਚ ਕੇ ਅਸੀਂ ਪੁੱਛ ਪੜਤਾਲ ਕੀਤੀ। ਉਸ ਤੋਂ ਬਾਅਦ ਵਿਕਟਿਮ ਦੇ ਜਿਹੜੇ ਮਦਰ ਸੀਗੇ ਉਹਨਾਂ ਦੀ ਸਟੇਟਮੈਂਟ ਦੇ ਉੱਪਰ 376 ਪੋਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਸਰ, ਮੈਂਟੈਲਿਟੀ ਕੀ ਸੀਗੀ ਕਿ ਛੋਟੀ ਛੋਟੀ ਬੱਚਿਆਂ ਨੂੰ ਜਿਹੜਾ ਹੈਗਾ ਉਹ ਟਾਰਗੇਟ ਕਰਦਾ ਸੀਗਾ, ਕਿਸ ਤਰ੍ਹਾਂ ਉਹਨਾਂ ਨੂੰ ਭੜਕਾਉਂਦਾ ਸੀਗਾ? ਇਹ ਬੇਸਿਕਲੀ ਇੱਕ ਦੂਜੇ ਨੂੰ ਪਹਿਲੇ ਜਾਣਦੇ ਸੀਗੇ, ਪਰ ਪਿਛਲੇ 5-6 ਮਹੀਨਿਆਂ ਤੋਂ ਇਹ ਦੋਨੋਂ ਫੈਮਿਲੀਜ਼ ਅੱਡ ਰਹਿ ਰਹੀਆਂ ਸੀਗੀਆਂ, ਇਹ ਕਿਰਾਏਦਾਰ ਸੀਗੇ ਪਹਿਲੇ ਉਹਨਾਂ ਦੇ। ਉਸ ਤੋਂ ਬਾਅਦ ਇਹਨੇ ਬੱਚਿਆਂ ਨੂੰ ਬੇਸਿਕਲੀ ਆਪਾਂ ਕਹਿ ਲਈਏ ਬਿਸਕਿਟਸ, ਚੋਕਲੇਟਸ, ਆਈਸਕ੍ਰੀਮਸ ਦੇ ਲਗਾ ਕੇ ਇੱਕ ਲਾਲਚ ਦੇ ਕੇ ਇਹ ਬੱਚੇ ਨੂੰ ਉੱਥੇ ਬੁਲਾਉਂਦਾ ਸੀਗਾ, ਜਿਸ ਤੋਂ ਬਾਅਦ ਇਹਨੇ ਆਪਣੀ ਹਰਕਤ ਨੂੰ ਅੰਜਾਮ ਦਿੱਤਾ। ਠੀਕ ਹੈ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਸਾਹਮਣੇ ਆਇਆ ਇਕੱਲਾ ਹੀ ਸੀਗਾ ਜਾਂ ਕੋਈ ਹੋਰ ਵੀ ਦੇ ਨਾਲ ਸ਼ਾਮਿਲ? ਨਹੀਂ, ਹੁਣ ਤੱਕ ਇਨਵੈਸਟੀਗੇਸ਼ਨ 'ਚ ਇਹ ਗੱਲ ਕਲੀਅਰ ਹੈ ਕਿ ਇਹਨੇ ਅਕੇਲੇ ਐਕਟ ਕੀਤਾ। ਅਤੇ ਕਿਹੜੀ ਕਿਹੜੀ ਧਾਰਾਵਾਂ ਜਿਹੜੀਆਂ? 376 ਪੋਕਸੋ ਐਕਟ, ਐਂਡ ਜੋ ਕਿ ਤੁਸੀਂ ਜਿਵੇਂ ਤੁਸੀਂ ਜਾਣਦੇ ਹੋ ਇਹ ਬਹੁਤ ਹੀ ਸੰਗੀਨ ਮੁਕੱਦਮਾ ਹੈ। ਸੋ ਸਾਡੇ ਸੀਨੀਅਰ ਅਫਸਰਸ ਦੀਆਂ ਹਿਦਾਇਤਾਂ ਅਨੁਸਾਰ ਇਮੀਡੀਏਟਲੀ ਇਸ 'ਤੇ ਡਿਫਰੈਂਟ ਡਿਫਰੈਂਟ ਰੇਡਿੰਗ ਪਾਰਟੀਜ਼ ਤਿਆਰ ਕੀਤੀਆਂ ਗਈਆਂ, ਐਂਡ ਅਸੀਂ ਅਕਿਊਜ਼ ਨੂੰ ਵਿਦਇਨ 2 ਆਵਰਸ ਅਰੈਸਟ ਕਰ ਲਿਆ ਸੀਗਾ। ਠੀਕ ਹੈ, ਅਤੇ ਸਰ ਪੜੋਸੀ ਹੈ ਜੇ ਕਹਿ ਸਕਦੇ ਕਿ ਜਿਹੜਾ ਤੁਸੀਂ? ਨਹੀਂ, ਪੜੋਸੀ ਤਾਂ ਨਹੀਂ ਹੈ, ਲੇਕਿਨ ਇੱਕੋ ਏਰੀਆ ਦੇ ਰਹਿਣ ਵਾਲੇ ਨੇ। ਇੱਕੋ ਏਰੀਆ ਦੇ ਰਹਿਣ ਵਾਲੇ, ਠੀਕ ਹੈ। ਅਤੇ ਬਿਲਕੁਲ, ਹਾਲਾਂਕਿ ਘਿਨੌਨੀ ਹਰਕਤ ਕੀਤੀ ਔਰ ਇੱਕ ਮੈਂਟੈਲਿਟੀ ਇਸ ਜਿਹੜਾ ਐਕਿਊਜ਼ ਫੜਿਆ ਗਿਆ ਇਹਦੀ ਮੈਂਟੈਲਿਟੀ ਇਸ ਤਰ੍ਹਾਂ ਦੀ ਸੀਗੀ ਕਿ ਛੋਟੀ ਛੋਟੀ ਬੱਚਿਆਂ ਨੂੰ ਇਹ ਟਾਰਗੇਟ ਕਰਦਾ ਸੀਗਾ, ਕਦੇ ਉਹਨੂੰ ਬਿਸਕੁਟ, ਕਦੇ ਕਿਸੇ ਨੂੰ ਚੋਕਲੇਟ ਦੇ ਬਹਾਨੇ ਘਰ 'ਚ ਬੁਲਾਉਂਦਾ ਸੀਗਾ ਕਿਉਂਕਿ ਗਲਤ ਨੀਅਤ ਨਾਲ। ਹਾਲਾਂਕਿ ਪੁਲਿਸ ਦੀ ਗ੍ਰਿਫਤ 'ਚ ਹੈ ਔਰ ਪੋਕਸੋ ਐਕਟ ਦੇ, ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈ, ਵੱਖ ਵੱਖ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਬੱਚੀ ਦਾ ਮੈਡੀਕਲ ਕਰਾ ਲਿਆ ਗਿਆ, ਬੱਚੀ ਬਿਲਕੁਲ ਸਵਸਥ ਦੱਸੀ ਜਾ ਰਹੀ ਹੈ, ਲੇਕਿਨ ਇਹ ਜ਼ਰੂਰ ਜਿਹੜਾ ਹੈਗਾ ਪੁਲਿਸ ਲਗਾਤਾਰ ਲੋਕਾਂ ਨੂੰ ਵੀ ਅਵੇਅਰ ਕਰਦੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਆਸ ਪਾਸ ਨੇੜੇ ਤੇੜੇ ਕਿਤੇ ਖੇਡ ਰਹੇ, ਇੱਕ ਜ਼ਰੂਰ ਮੋਨੀਟਰਿੰਗ ਜਿਹੜੀ ਹੈਗੀ ਉਹ ਤੁਸੀਂ ਜ਼ਰੂਰ ਕਰਕੇ ਰੱਖੋ। ਡੇਰਾਬਸੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੇ ਜਟੀਨ ਪੰਜਾਬ। ਡੇਰਾਬਸੀ ਦੇ ਵਿੱਚ ਇੱਕ ਨੌਜਵਾਨ ਨੇ ਇੱਕ ਗਿਨੌਨੀ ਹਰਕਤ ਨੂੰ ਅੰਜਾਮ ਦਿੱਤਾ, ਇੱਕ 8 ਸਾਲਾਂ ਬੱਚੀ ਦੇ ਨਾਲ ਗਲਤ ਕੰਮ ਕੀਤਾ। ਹਾਲਾਂਕਿ ਪੁਲਿਸ ਨੂੰ ਜਦ ਇਨਫੋਰਮੇਸ਼ਨ ਮਿਲਦੀ ਹੈ ਤਾਂ ਨਾਲ ਦੇ ਨਾਲ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜਾ ਐਕਿਊਜ਼ਡ ਹੈ ਉਸਨੂੰ ਕਾਬੂ ਕਰ ਲਿਆ। ਹਾਲਾਂਕਿ ਪੂਰੀ ਇਨਫੋਰਮੇਸ਼ਨ ਕੀ ਸੀ, ਇਨਵੈਸਟੀਗੇਸ਼ਨ 'ਚ ਕੀ ਹੈ, ਸਾਡੇ ਨਾਲ ਸੀਨੀਅਰ ਆਫਿਸਰ ਨੇ SHO ਡੇਰਾਬਸੀ ਨੇ ਅਜੀਤ ਕੌਸ਼ਲ ਜੀ। ਕੌਸ਼ਲ, ਇਹ ਪੂਰਾ ਮਾਮਲਾ ਆਇਆ ਸੀ ਸਾਹਮਣੇ, ਗਿਨੌਨੀ ਹਰਕਤ ਜਿਹੜਾ ਹੈਗਾ ਮੁੰਡੇ ਨੇ ਕੀਤੀ, ਪੂਰਾ ਮਾਮਲਾ ਕੀ ਸੀ ਕਿ ਤੁਹਾਡੇ ਸੰਗਿਆਨ 'ਚ ਕਦ ਆਇਆ? ਸਾਨੂੰ 29 ਅਪ੍ਰੈਲ ਨੂੰ ਇੱਕ ਕਾਲ ਰਿਸੀਵ ਹੋਈ ਸੀਗੀ 112 'ਤੇ ਕਿ ਉਹਨਾਂ ਦੀ ਜਿਹੜੀ ਲੜਕੀ ਹੈ ਉਹਦੇ ਨਾਲ ਰੇਪ ਕਮਿਟ ਹੋਇਆ, ਜਿਸ 'ਤੇ ਤੁਰੰਤ 112 ਦੀ ਕਾਲ ਹੁੰਦੇ ਹੋਏ ਅਸੀਂ ਇਮੀਡੀਏਟਲੀ ਪੁਲਿਸ ਪਾਰਟੀ ਨੇ ਐਕਟ ਕੀਤਾ। ਮੌਕੇ 'ਤੇ ਪਹੁੰਚ ਕੇ ਅਸੀਂ ਪੁੱਛ ਪੜਤਾਲ ਕੀਤੀ। ਉਸ ਤੋਂ ਬਾਅਦ ਵਿਕਟਿਮ ਦੇ ਜਿਹੜੇ ਮਦਰ ਸੀਗੇ ਉਹਨਾਂ ਦੀ ਸਟੇਟਮੈਂਟ ਦੇ ਉੱਪਰ 376 ਪੋਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਸਰ, ਮੈਂਟੈਲਿਟੀ ਕੀ ਸੀਗੀ ਕਿ ਛੋਟੀ ਛੋਟੀ ਬੱਚਿਆਂ ਨੂੰ ਜਿਹੜਾ ਹੈਗਾ ਉਹ ਟਾਰਗੇਟ ਕਰਦਾ ਸੀਗਾ, ਕਿਸ ਤਰ੍ਹਾਂ ਉਹਨਾਂ ਨੂੰ ਭੜਕਾਉਂਦਾ ਸੀਗਾ? ਇਹ ਬੇਸਿਕਲੀ ਇੱਕ ਦੂਜੇ ਨੂੰ ਪਹਿਲੇ ਜਾਣਦੇ ਸੀਗੇ, ਪਰ ਪਿਛਲੇ 5-6 ਮਹੀਨਿਆਂ ਤੋਂ ਇਹ ਦੋਨੋਂ ਫੈਮਿਲੀਜ਼ ਅੱਡ ਰਹਿ ਰਹੀਆਂ ਸੀਗੀਆਂ, ਇਹ ਕਿਰਾਏਦਾਰ ਸੀਗੇ ਪਹਿਲੇ ਉਹਨਾਂ ਦੇ। ਉਸ ਤੋਂ ਬਾਅਦ ਇਹਨੇ ਬੱਚਿਆਂ ਨੂੰ ਬੇਸਿਕਲੀ ਆਪਾਂ ਕਹਿ ਲਈਏ ਬਿਸਕਿਟਸ, ਚੋਕਲੇਟਸ, ਆਈਸਕ੍ਰੀਮਸ ਦੇ ਲਗਾ ਕੇ ਇੱਕ ਲਾਲਚ ਦੇ ਕੇ ਇਹ ਬੱਚੇ ਨੂੰ ਉੱਥੇ ਬੁਲਾਉਂਦਾ ਸੀਗਾ, ਜਿਸ ਤੋਂ ਬਾਅਦ ਇਹਨੇ ਆਪਣੀ ਹਰਕਤ ਨੂੰ ਅੰਜਾਮ ਦਿੱਤਾ। ਠੀਕ ਹੈ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਸਾਹਮਣੇ ਆਇਆ ਇਕੱਲਾ ਹੀ ਸੀਗਾ ਜਾਂ ਕੋਈ ਹੋਰ ਵੀ ਦੇ ਨਾਲ ਸ਼ਾਮਿਲ? ਨਹੀਂ, ਹੁਣ ਤੱਕ ਇਨਵੈਸਟੀਗੇਸ਼ਨ 'ਚ ਗੱਲ ਕਲੀਅਰ ਹੈ ਕਿ ਇਹਨੇ ਅਕੇਲੇ ਐਕਟ ਕੀਤਾ। ਅਤੇ ਕਿਹੜੀ ਕਿਹੜੀ ਧਾਰਾਵਾਂ ਜਿਹੜੀਆਂ? 376 ਪੋਕਸੋ ਐਕਟ,
ਐਂਡ ਜੋ ਕਿ ਤੁਸੀਂ ਜਿਵੇਂ ਤੁਸੀਂ ਜਾਣਦੇ ਹੋ ਇਹ ਬਹੁਤ ਹੀ ਸੰਗੀਨ ਮੁਕੱਦਮਾ ਹੈ। ਸੋ ਸਾਡੇ ਸੀਨੀਅਰ ਅਫਸਰਸ ਦੀਆਂ ਹਿਦਾਇਤਾਂ ਅਨੁਸਾਰ ਇਮੀਜੀਏਟਲੀ ਇਸ 'ਤੇ ਡਿਫਰੈਂਟ ਡਿਫਰੈਂਟ ਰੇਡਿੰਗ ਪਾਰਟੀਜ਼ ਤਿਆਰ ਕੀਤੀਆਂ ਗਈਆਂ ਐਂਡ ਅਸੀਂ ਅਕਿਊਜ਼ ਨੂੰ ਵਿਦ ਇਨ 2 hours ਅਰੈਸਟ ਕਰ ਲਿਆ ਸੀ। ਠੀਕ ਹੈ, ਅਤੇ ਸਰ ਪੜੋਸੀ ਹੈ ਜੇ ਕਹਿ ਸਕਦੇ ਕਿ ਜਿੱਦਾਂ ਤੁਸੀਂ? ਨਹੀਂ, ਪੜੋਸੀ ਤਾਂ ਨਹੀਂ ਹੈ, ਲੇਕਿਨ ਇੱਕੋ ਏਰੀਆ ਦੇ ਰਹਿਣ ਵਾਲੇ ਨੇ। ਇੱਕੋ ਏਰੀਆ ਦੇ ਰਹਿਣ ਵਾਲੇ, ਠੀਕ ਹੈ। ਤੇ ਬਿਲਕੁਲ, ਹਾਲਾਂਕਿ ਘਿਨੌਨੀ ਹਰਕਤ ਕੀਤੀ ਔਰ ਇੱਕ ਮੈਂਟੈਲਿਟੀ ਇਸ ਜਿਹੜਾ ਐਕਿਊਜ਼ ਫੜਿਆ ਗਿਆ ਇਹਦੀ ਮੈਂਟੈਲਿਟੀ ਇਸ ਤਰ੍ਹਾਂ ਦੀ ਸੀਗੀ ਕਿ ਛੋਟੀ ਛੋਟੀ ਬੱਚਿਆਂ ਨੂੰ ਇਹ ਟਾਰਗੇਟ ਕਰਦਾ ਸੀਗਾ, ਕਦੇ ਇਹਨੂੰ ਬਿਸਕੁਟ, ਕਦੇ ਕਿਸੇ ਨੂੰ ਚੌਕਲੇਟ ਦੇ ਬਹਾਨੇ ਘਰ 'ਚ ਬੁਲਾਉਂਦਾ ਸੀਗਾ, ਕਿਉਂਕਿ ਗਲਤ ਨੀਅਤ ਨਾਲ। ਹਾਲਾਂਕਿ ਪੁਲਿਸ ਦੀ ਗ੍ਰਿਫਤ 'ਚ ਹੈ ਔਰ ਪੋਕਸੋ ਐਕਟ ਦੇ ਜਿੱਦਾਂ ਸਰ ਨੇ ਵੀ ਦੱਸਿਆ ਕਿ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈ, ਵੱਖ ਵੱਖ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਬੱਚੀ ਦਾ ਮੈਡੀਕਲ ਕਰਾ ਲਿਆ ਗਿਆ, ਬੱਚੀ ਬਿਲਕੁਲ ਸਵਸਥ ਦੱਸੀ ਜਾ ਰਹੀ ਹੈ, ਲੇਕਿਨ ਇਹ ਜ਼ਰੂਰ ਜਿਹੜਾ ਹੈਗਾ ਪੁਲਿਸ ਲਗਾਤਾਰ ਲੋਕਾਂ ਨੂੰ ਵੀ ਅਵੇਅਰ ਕਰਦੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ, ਕਿਉਂਕਿ ਆਸ ਪਾਸ ਨੇੜੇ ਤੇੜੇ ਕਿਤੇ ਖੇਡ ਰਹੇ, ਇੱਕ ਜ਼ਰੂਰ ਮੋਨੀਟਰਿੰਗ ਜਿਹੜੀ ਹੈਗੀ ਉਹ ਤੁਸੀਂ ਜ਼ਰੂਰ ਕਰਕੇ ਰੱਖੋ। ਡੇਰਾ ਬਸੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੇ ਜੀ ਟੀਮ।